ਪੰਜਾਬ ਭਰ ਦੇ तमाम +2 ਜਮਾਤ ਦੇ ਵਿਦਿਆਰਥੀ ਜਿਹੜੇ ਕਿ ਪੋਲੀਟিক্যাল ਸਾਇੰਸ ਦਾ ਵਿਸ਼ਾ ਪੜ੍ਹ ਰਹੇ ਹਨ ਉਹਨਾਂ ਨੂੰ ਅਤੇ ਉਹਨਾਂ ਨੂੰ ਪੜ੍ਹਾਉਣ ਵਾਲੇ ਲੈਕਚਰ ਸਾਹਿਬਾਨ ਅਧਿਆਪਕ ਸਾਹਿਬਾਨ ਨੂੰ ਜਸਪ੍ਰੀਤ ਕੌਰ ਲੈਕਚਰਰ ਪੋਲੀਟিক্যাল ਸਾਇੰਸ ਵੱਲੋਂ ਬਹੁਤ ਬਹੁਤ ਪਿਆਰ ਭਰਿਆ ਸਤਿਕਾਰ ਬੇਟੇ ਅੱਜ ਦਾ ਵਿਸ਼ਾ ਹੈ ਦਲ ਪ੍ਰਣਾਲੀ ਭਾਗ 2 ਭਾਗ 2 ਮੈਂ ਇਸ ਦੇ ਵਿੱਚ ਕਿਉਂ ਲਿਖਿਆ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਤੋਂ ਪਹਿਲਾਂ ਅਸੀਂ ਪਾਰਟੀ ਸਿਸਟਮ ਜਾਂ ਤਲ ਪ੍ਰਣਾਲੀ ਦੇ ਵਿੱਚੇ ਹੇਠ ਲਿਖੇ ਵਿਸ਼ੇ ਪੜ ਚੁੱਕੇ ਹਾਂ ਜਿਸ ਦੇ ਵਿੱਚ ਅਸੀਂ ਪੜਿਆ ਹੈ ਪਾਰਟੀ ਸਿਸਟਮ ਦਾ ਅਰਥ ਕਿ ਪਾਰਟੀ ਸਿਸਟਮ ਕਿਸ ਨੂੰ ਕਿਹਾ ਜਾਂਦਾ ਹੈ ਪਾਰਟੀ ਦਾ ਮਤਲਬ ਕੀ ਹੁੰਦਾ ਹੈ ਇਸ ਨਾਲ ਸੰਬੰਧਿਤ ਪਰਿਭਾਸ਼ਾਵਾਂ ਵੱਖ-ਵੱਖ ਵਿਦਵਾਨਾਂ ਨੇ ਆਪਣੀਆਂ ਕਿਹੜੀਆਂ-ਕਿਹੜੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ ਪਾਰਟੀ ਸਿਸਟਮ ਦੇ ਬਾਰੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਰਾਜਨੀਤਿਕ ਦਲਾਂ ਦੇ ਨਿਰਮਾਣ ਦੇ ਆਧਾਰ ਕਿਹੜੇ-ਕਿਹੜੇ ਆਧਾਰ ਲੈ ਕੇ ਰਾਜਨੀਤਿਕ ਪਾਰਟੀਆਂ ਬਣੀਆਂ ਹਨ ਕਈ ਪਾਰਟੀਆਂ ਦਾ ਆਧਾਰ ਸਮਾਜਿਕ ਹੁੰਦਾ ਹੈ ਕਈ ਪਾਰਟੀਆਂ ਦਾ ਆਧਾਰ ਆਰਥਿਕ ਹੁੰਦਾ ਹੈ ਅਤੇ ਕਈ ਪਾਰਟੀਆਂ ਦਾ ਜਿਹੜਾ ਆਧਾਰ ਹੈ ਉਹ ਮਨੋਵਿਗਿਆਨਿਕ ਜਾਂ ਰਾਜਨੀਤਿਕ ਹੁੰਦਾ ਹੈ ਸੋ ਇਹ ਜਿਹੜੇ ਚਾਰ ਵਿਸ਼ੇ ਨੇ ਇਹ ਆਪਾਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹਾਂ ਜਿਸ ਨੂੰ ਆਪਾਂ ਪੜਨਾ ਹੈ ਇਸ ਦੇ ਵਿੱਚ ਅਸੀਂ ਪੜ੍ਹਾਂਗੇ ਦਲ ਪ੍ਰਣਾਲੀ ਦੀਆਂ ਕਿਸਮਾਂ ਦੋਦਲੀ ਪ੍ਰਣਾਲੀ ਦਾ ਅਰਥ ਉਸ ਦੇ ਗੁਣ ਅਤੇ ਔਗਣ ਬਹੁਦਲੀ ਪ੍ਰਣਾਲੀ ਦਾ ਅਰਥ ਅਤੇ ਉਸ ਦੇ ਗੁਣ ਔਗਣ ਸਭ ਤੋਂ ਪਹਿਲਾਂ ਬੈਠੇ ਅਸੀਂ ਪੜ੍ਹਾਂਗੇ ਕਿ ਦਲ ਪ੍ਰਣਾਲੀ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਇਸ ਵਿੱਚ ਅਸੀਂ ਇੱਕ ਨੰਬਰ ਦਾ ਕੁਐਸਚਨ ਹੈ ਕਿ ਦਲ ਪ੍ਰਣਾਲੀ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ਇੱਕਦਲੀ ਪ੍ਰਣਾਲੀ ਦੋਦਲੀ ਪ੍ਰਣਾਲੀ ਅਤੇ ਬਹੁਦਲੀ ਪ੍ਰਣਾਲੀ ਇੱਕ ਦਲੀ ਪ੍ਰਣਾਲੀ ਜਿਹੜੀ ਕਿ ਚੀਨ ਅਤੇ ਕਿਊਬਾ ਦੇ ਵਿੱਚ ਹੈ ਦੋ ਦਲੀ ਪ੍ਰਣਾਲੀ ਅਮਰੀਕਾ ਅਤੇ ਇੰਗਲੈਂਡ ਵਿੱਚ ਹੈ ਜਿਵੇਂ ਕਿ ਤੁਸੀਂ ਹੁਣੇ ਪਿੱਛੇ ਜੀ ਪਿਛਲੇ ਹਫਤੇ ਇਲੈਕਸ਼ਨ ਹੋ ਕੇ ਹਟੀਆਂ ਨੇ ਅਮਰੀਕਾ ਦੀਆਂ ਸਾਰਾ ਜਿਹੜਾ ਸੰਸਾਰ ਹੈ ਉਹ ਇਨ੍ਹਾਂ ਚੋਣਾਂ ਵੱਲ ਬੜੇ ਗੌਰ ਨਾਲ ਦੇਖ ਰਿਹਾ ਸੀ ਅਮਰੀਕਾ ਦੇ ਵਿੱਚ ਦੋ ਦਲੀ ਪ੍ਰਣਾਲੀ ਹੈ ਅਤੇ ਇੰਗਲੈਂਡ ਦੇ ਵਿੱਚ ਬਹੁ ਦਲੀ ਪ੍ਰਣਾਲੀ ਆਪਣਾ ਦੇਸ਼ ਭਾਰਤ ਹੈ ਭਾਰਤ ਦੇ ਵਿੱਚ ਅਤੇ ਫਰਾਂਸ ਦੇ ਵਿੱਚ ਬਹੁ ਦਲੀ ਪ੍ਰਣਾਲੀ ਪਾਈ ਜਾਂਦੀ ਹੈ ਸੋ ਬੇਟੇ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖਣਾ ਹੈ ਕਿ ਦਲ ਪ੍ਰਣਾਲੀ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਤੁਸੀਂ ਲਿਖੋਗੇ ਦਲ ਪ੍ਰਣਾਲੀ ਦੀਆਂ ਤਿੰਨ ਕਿਸਮਾਂ ਹਨ ਜੇ ਤੁਹਾਨੂੰ 2 ਨੰਬਰ ਦਾ ਕੁਐਸਚਨ ਆਂਦਾ ਹੈ ਕਿ ਇਸ ਨੂੰ ਡਿਟੇਲ ਚ ਲਿਖੋ ਤਾਂ ਤੁਸੀਂ ਇਸ ਦੇ ਨਾਲ ਇਕਦਲੀ ਪ੍ਰਣਾਲੀ ਦੇ ਜਿਹੜੇ ਦੇਸ਼ ਨੇ ਉਹਨਾਂ ਬਾਰੇ ਲਿਖ ਸਕਦੇ ਹੋ ਦੋਦਲੀ ਪ੍ਰਣਾਲੀ ਦੇ ਦੇਸ਼ਾਂ ਬਾਰੇ ਲਿਖ ਸਕਦੇ ਹੋ ਅਤੇ ਬਹੁਦਲੀ ਪ੍ਰਣਾਲੀ ਦੇ ਦੇਸ਼ਾਂ ਬਾਰੇ ਲਿਖ ਸਕਦੇ ਹੋ ਅੱਜ ਅਸੀਂ ਪੜ੍ਹਾਂਗੇ ਦੋਦਲੀ ਪ੍ਰਣਾਲੀ ਅਤੇ ਬਹੁਦਲੀ ਪ੍ਰਣਾਲੀ ਦਾ ਅਰਥ ਅਤੇ ਇਸ ਦੇ ਗੁਣ ਅਤੇ ਔਗਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦੋ-दलीय ਪ੍ਰਣਾਲੀ ਦੋ-दलीय ਪ੍ਰਣਾਲੀ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਜਿਨ੍ਹਾਂ ਦੇਸ਼ਾਂ ਦੇ ਵਿੱਚ ਦੋ ਸਕਰੀਏ ਐਕਟਿਵ ਪਾਰਟੀਆਂ ਹੁੰਦੀਆਂ ਹਨ ਇੱਕ ਜਿੱਤ ਜਾਂਦੀ ਹੈ ਦੂਸਰੀ ਆਪੋਜੀਸ਼ਨ ਦਾ ਰੋਲ ਪਲੇ ਕਰਦੀ ਹੈ ਫਿਰ ਦੂਸਰੀ ਜਿੱਤ ਜਾਂਦੀ ਹੈ ਜਾਂ ਪਹਿਲੀ ਵਾਲੀ ਹੈ ਉਹ ਆਪੋਜੀਸ਼ਨ ਪਾਰਟੀ ਦਾ ਰੋਲ ਕਰਦੀ ਹੈ ਵਾਰ-ਵਾਰ ਸਭ ਦੋਨੇ ਜਿਹੜੀਆਂ ਪਾਰਟੀਆਂ ਨੇ ਇੱਕ ਸਰਕਾਰ ਬਣਾਉਂਦੀ ਹੈ ਅਤੇ ਇੱਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੈ ਇਸ ਨੂੰ ਆਪਾਂ ਕਹਿੰਦੇ ਆ ਦੋ-दलीय ਪ੍ਰਣਾਲੀ ਇਹ ਦੋ-ਦਲੀ ਪ੍ਰਣਾਲੀ ਜਿਵੇਂ ਕਿ ਤੁਸੀਂ ਦੋ ਫਲੈਗ ਦੇਖ ਰਹੇ ਹੋ ਦੋ ਕੰਟਰੀਜ਼ ਦੇ ਅਮਰੀਕਾ ਅਤੇ ਇੰਗਲੈਂਡ ਜਿਸ ਦੇਸ਼ ਵਿੱਚ ਦੋ ਪ੍ਰਮੁੱਖ ਦਲ ਹੋਣ ਅਤੇ ਕਦੇ ਇੱਕ ਪਾਰਟੀ ਸਰਕਾਰ ਬਣਾਵੇ ਕਦੇ ਦੂਜੀ ਉੱਥੇ ਦੋ-ਦਲੀ ਪ੍ਰਣਾਲੀ ਹੁੰਦੀ ਹੈ ਇੰਗਲੈਂਡ ਵਿੱਚ ਰੂੜੀਵਾਦੀ ਦਲ ਜਿਹਨੂੰ ਬਟੇ ਆਪਾਂ ਕੰਜ਼ਰਵੇਟਿਵ ਪਾਰਟੀ ਵੀ ਬੋਲਦੇ ਹਾਂ ਅਤੇ ਮਜ਼ਦੂਰ ਦਲ ਲੇਬਰ ਪਾਰਟੀ ਦੋ ਪ੍ਰਮੁੱਖ ਦਲ ਹਨ ਅਮਰੀਕਾ ਦੇ ਵਿੱਚ ਰਿਪਬਲਿਕ ਐਂਡ ਡੈਮੋਕ੍ਰੈਟਿਕ ਦੋ ਵੱਡੇ ਦਲ ਹਨ ਹੋਰ ਛੋਟੇ ਦਲ ਵੀ ਹੋ ਸਕਦੇ ਹਨ ਇਹ ਨਹੀਂ ਹੈ ਕਿ ਛੋਟੇ ਦਲ ਹੋਣਗੇ ਨਹੀਂ ਛੋਟੇ ਦਲ ਹੁੰਦੇ ਹਨ ਪਰ ਉਹ ਇੰਨਾ ਐਕਟਿਵਲੀ ਪਾਰਟਿਸਪੇਸ਼ਨ ਜਿਹੜੀ ਹੈ ਉਹ ਨਹੀਂ ਕਰਦੇ ਉਹ ਯਾਦਾ ਪ੍ਰਭਾਵਸ਼ਾਲੀ ਨਹੀਂ ਹੁੰਦੇ ਜਿਸ ਨੂੰ ਬਹੁਮਤ ਮਿਲਦਾ ਹੈ ਉਹ ਸਰਕਾਰ ਬਣਾਉਂਦਾ ਹੈ ਅਤੇ ਦੂਜਾ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਪਿਛਲੇ ਹਫ਼ਤੇ ਅਮਰੀਕਾ ਦੇ ਵਿੱਚ ਜਿਹੜੇ ਡੋਨਲਡ ਟਰੰਪ ਸੀਗੇ ਉਹ ਉਹਨਾਂ ਨੂੰ ਬਹੁਮਤ ਪ੍ਰਾਪਤ ਨਹੀਂ ਹੋ ਸਕਿਆ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਮੈਂਬਰ ਸੀਗੇ ਜਾਂ ਕਹਿੰਦੇ ਕਿ ਪ੍ਰਮੁੱਖ ਸੀਗੇ ਨੇਤਾ ਸੀਗੇ ਅਤੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਜੋ ਬਾਈਡਨ ਨੇ ਜਿਹੜੇ ਹੁਣ ਨਵੇਂ ਬਣੇ ਨੇ ਜਿਨ੍ਹਾਂ ਦੇ ਵਿੱਚ ਉਪ ਰਾਸ਼ਟਰਪਤੀ ਆਪਣੇ ਕਮਲਾ ਹੈਰਿਸ ਜਿਨ੍ਹਾਂ ਨੂੰ ਕਿ ਆਪਾਂ ਭਾਰਤ ਦੇ ਨੇ ਭਾਰਤ ਦੇ ਆਪਣੇ ਜੰਮੇ ਸ਼ਾਇਦ ਉਹ ਬਾਹਰ ਨੇ ਲੇਕਿਨ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਭਾਰਤ ਦਾ ਹੈ ਉਹਨਾਂ ਦੇ ਮਾਤਾ ਜਿਹੜੇ ਸੀਗੇ ਉਹ ਭਾਰਤ ਦੇ ਤਾਮਿਲਨਾਡੂ ਨਾਲ ਸੰਬੰਧ ਰੱਖਦੇ ਸੀਗੇ ਸੋ ਦੋਧਲੀ ਪ੍ਰਣਾਲੀ ਜਿਹੜੀ ਕਿ ਅਮਰੀਕਾ ਅਤੇ ਇੰਗਲੈਂਡ ਦੇ ਵਿੱਚ ਪਾਈ ਜਾਂਦੀ ਹੈ ਇਸਦੇ ਵਿੱਚ ਅੱਗੇ ਆਪਾਂ ਪੜ੍ਹਾਂਗੇ ਕਿ ਦੋ ਦਲੀ ਪ੍ਰਣਾਲੀ ਦੇ ਗੁਣ ਕਿਹੜੇ ਹਨ ਜਿਨ੍ਹਾਂ ਦੇਸ਼ਾਂ ਦੇ ਵਿੱਚ ਦੋ ਦਲੀ ਪ੍ਰਣਾਲੀ ਪਾਈ ਜਾਂਦੀ ਹੈ ਉੱਥੇ ਸਰਕਾਰ ਬਣਾਉਣਾ ਬਹੁਤ ਆਸਾਨ ਹੁੰਦਾ ਹੈ ਜਦੋਂ ਸਾਡੇ ਕੋਲ ਚੁਆਇਸਿਸ ਬਹੁਤ ਘੱਟ ਹੋਣ ਜਦੋਂ ਸਾਡੇ ਕੋਲ ਆਪਸ਼ਨਸ ਬਹੁਤ ਘੱਟ ਹੋਣ ਸਿਰਫ ਦੋ ਚੁਆਇਸਿਸ ਨੇ ਉੱਥੇ ਅਸੀਂ ਇੱਕ ਨੂੰ ਵੋਟ ਪਾਵਾਂਗੇ ਤੇ ਇੱਕ ਨੂੰ ਵੋਟ ਨਹੀਂ ਪਾਵਾਂਗੇ ਇੱਕ ਦੇ ਕੰਮ ਸਾਨੂੰ ਚੰਗੇ ਲੱਗਣਗੇ ਦੂਸਰੇ ਦੇ ਕੰਮ ਨੂੰ ਅਸੀਂ ਪਸੰਦ ਨਹੀਂ ਕਰਾਂਗੇ ਜੋ ਦਲ ਲੋਕਾਂ ਦੀਆਂ ਭਾਵਨਾਵਾਂ ਸਮਝਣ ਵਿੱਚ ਸਫਲ ਹੁੰਦੇ ਹਨ ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਹਨ ਉਸੇ ਦਲ ਦੀ ਸਰਕਾਰ ਬਣਦੀ ਹੈ ਅਤੇ ਜਿਹੜੀ ਦੂਸਰੀ ਪਾਰਟੀ ਹੈ ਉਹ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੈ ਸੋ ਇਹ ਪਹਿਲਾ ਗੁਣ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਦੋ-ਦਲੀ ਪ੍ਰਣਾਲੀ ਬਣਾਈ ਜਾਂ ਪਾਈ ਜਾਂਦੀ ਹੈ ਉੱਥੇ ਸਰਕਾਰ ਦਾ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ ਉਸ ਤੋਂ ਬਾਅਦ ਹੈ ਜਿੰਮੇਵਾਰੀ ਨਿਸ਼ਚਿਤ ਕਰਨੀ ਸੌਖੀ ਬੇਟੇ ਤੁਹਾਨੂੰ ਪਤਾ ਹੈ ਕਿ ਹਰ ਦੇਸ਼ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਹਰ ਸੰਸਥਾ ਦੇ ਵਿੱਚ ਜਿੰਨੀ ਦੇਰ ਤੱਕ ਅਸੀਂ ਕਿਸੇ ਧਿਰ ਦੀ ਜ਼ਿੰਮੇਵਾਰੀ ਨਿਸ਼ਚਿਤ ਨਹੀਂ ਕਰਾਂਗੇ ਸਾਨੂੰ ਉਹਦੇ ਰਿਜ਼ਲਟ ਵਧੀਆ ਨਹੀਂ ਮਿਲ ਸਕਦੇ ਜੇਕਰ ਅਸੀਂ ਕਲਾਸ ਦੇ ਵਿੱਚ ਵੀ ਬੱਚਿਆਂ ਨੂੰ ਇਹ ਗੱਲ ਕਹਿ ਦੇਈਏ ਕਿ ਬੇਟੇ ਤੁਸੀਂ ਕੱਲ ਆਹ ਚਾਟ ਬਣਾ ਕੇ ਲਿਆਉਣੇ ਨੇ ਤਾਂ ਕੋਈ ਵੀ ਬੱਚਾ ਸ਼ਾਇਦ ਨਹੀਂ ਬਣਾ ਕੇ ਲਿਆਏਗਾ ਹਾਂ ਕੋਈ ਬੱਚੇ ਹੁੰਦੇ ਨੇ ਜਿਹੜੇ 셀ਫ ਰਿਸਪੌਂਸਿਬਲ ਹੁੰਦੇ ਨੇ ਉਹ ਆਪਣੇ ਆਪ ਹੀ ਆਪਣਾ ਕੰਮ ਕਰ ਲੈਣਗੇ ਪਰ ਦੇਖਿਨ ਜੇਕਰ ਅਸੀਂ ਜ਼ਿੰਮੇਵਾਰੀ ਨਿਸ਼ਚਿਤ ਕਰ ਦਵਾਂ ਕਿ ਹਾਂਜੀ ਕਿ ਬੇਟਾ ਤੁਸੀਂ ਇਸ ਟਾਪਿਕ ਤੇ ਚਾਰਟ ਬਣਾ ਕੇ ਲਿਆਉਣਾ ਹੈ ਤੁਸੀਂ ਇਸ ਟਾਪਿਕ ਤੇ ਚਾਰਟ ਬਣਾ ਕੇ ਲਿਆਉਣਾ ਹੈ ਤਾਂ ਸਾਨੂੰ ਜਿਹੜੇ ਰਿਜ਼ਲਟ ਨੇ ਉਹ ਸੁਖਾਵੇਂ ਮਿਲਦੇ ਹਨ ਸਾਨੂੰ ਵਧੀਆ ਰਿਜ਼ਲਟ ਮਿਲਦੇ ਹਨ ਸੋ ਇਸੇ ਤਰੀਕੇ ਨਾਲ ਜਿਹੜੀ ਦੋਧਲੀ ਪ੍ਰਣਾਲੀ ਹੈ ਉਹਦੇ ਵਿੱਚ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਸੌਖੀ ਹੁੰਦੀ ਹੈ ਦੋਦਲੀ ਪ੍ਰਣਾਲੀ ਵਿੱਚ ਚੰਗੇ ਅਤੇ ਮਾੜੇ ਕੰਮਾਂ ਦੇ ਆਧਾਰ ਤੇ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਸੌਖੀ ਹੁੰਦੀ ਹੈ ਕਿੰਨੇ ਕਿਹੜਾ ਕੰਮ ਨਹੀਂ ਕੀਤਾ ਕਿੰਨੇ ਕਿਹੜਾ ਕੰਮ ਕੀਤਾ ਹੈ ਇਸ ਨੂੰ ਸਮਝਣਾ ਅਤੇ ਇਸ ਨੂੰ ਅਸੋਖਾ ਬਣ ਜਾਂਦਾ ਹੈ ਲੋਕਾਂ ਵਾਸਤੇ ਜੇਕਰ ਜ਼ਿਆਦਾ ਪਾਰਟੀਆਂ ਦੀ ਸਰਕਾਰ ਹੋਵੇ ਤਾਂ ਕਿਸੇ ਇੱਕ ਦੀ ਜ਼ਿੰਮੇਵਾਰੀ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਹਰ 파ਰਟੀ ਦੂਜੇ ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਦੋ ਦਲੀ ਪ੍ਰਣਾਲੀ ਵਿੱਚ ਅਜਿਹੀ ਸਮੱਸਿਆ ਪੈਦਾ ਨਹੀਂ ਹੁੰਦੀ ਇੱਕ ਤਿਰ ਨੂੰ ਪਤਾ ਹੈ ਕਿ ਜੇਕਰ ਅਸੀਂ ਲੋਕਾਂ ਦੇ ਕੰਮ ਨਹੀਂ ਕਰਾਂਗੇ ਜੇਕਰ ਅਸੀਂ ਲੋਕਾਂ ਦੇ ਉਮੀਦਾਂ ਦੇ ਉੱਪਰ ਖਰੇ ਨਹੀਂ ਉਤਰਾਂਗੇ ਤਾਂ ਅਗਲੀਆਂ ਚੋਣਾਂ ਦੇ ਵਿੱਚ ਲੋਕ ਸਾਨੂੰ ਵੋਟ ਨਹੀਂ ਪਾਣਗੇ ਤਾਂ ਜਿਹੜੀ ਸਰਕਾਰ ਹੁੰਦੀ ਹੈ ਉਹਨੂੰ ਵੀ ਪਤਾ ਹੁੰਦਾ ਹੈ ਕਿ ਜੇਕਰ ਅਸੀਂ ਲੋਕਾਂ ਦੇ ਅਨੁਸਾਰ ਨੀਤੀਆਂ ਨਾ ਬਣਾਈਆਂ ਤਾਂ ਲੋਕ ਸਾਨੂੰ ਅਗਲੀ ਵਾਰੀ ਸਰਕਾਰ ਬਣਾਉਣ ਦਾ ਮੌਕਾ ਪ੍ਰਦਾਨ ਨਹੀਂ ਕਰਾਂਗੇ। ਸੋ ਦੋਧਲੀ ਪ੍ਰਣਾਲੀ ਦੇ ਵਿੱਚ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ। ਉਸ ਤੋਂ ਨੈਕਸਟ ਪੁਆਇੰਟ ਹੈ ਸਥਿਰ ਸਰਕਾਰ। ਸਥਿਰ ਦਾ ਮਤਲਬ ਹੁੰਦਾ ਸਟੇਬਲ। ਸਰਕਾਰ ਨੂੰ ਟੈਨਸ਼ਨ ਨਹੀਂ ਹੁੰਦੀ ਕਿ ਅਸੀਂ ਆਹ ਕੰਮ ਗਲਤ ਕਰਤਾ ਤਾਂ ਸਾਨੂੰ ਅਸੀਂ ਗਿਰ ਜਾਾਂਗੇ। ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਜਿਵੇਂ ਹੁਣ ਅਮਰੀਕਾ ਹੈ, ਅਮਰੀਕਾ ਦੇ ਵਿੱਚ ਜਿਹੜੀ ਵੀ ਸਰਕਾਰ ਬਣੇਗੀ ਉਹ 4 ਸਾਲਾਂ ਵਾਸਤੇ ਟੈਨਸ਼ਨ ਫਰੀ ਹੋ ਕੇ ਕੰਮ ਕਰੇਗੇ ਕਿਉਂ ਕਿ ਉੱਥੋਂ ਦੇ ਸੰਵਿਧਾਨ ਦੇ ਅਨੁਸਾਰ 4 ਸਾਲ ਤੋਂ ਪਹਿਲਾਂ ਬਹੁਤ ਹੀ ਕਿਤੇ ਕੋਈ ਇੰਪੀਚਮੈਂਟ ਹੋਵੇ ਜਾਂ ਕੋਈ ਰਾਸ਼ਟਰਪਤੀ ਦੀ ਕੋਈ ਪ੍ਰੋਬਲਮ ਹੋ ਜਾਏ ਜਾਂ ਕੋਈ ਐਕਸੀਡੈਂਟਲੀ ਕੋਈ ਗੱਲ ਹੋ ਜਾਏ ਤਾਂ ਉੱਥੇ ਰਾਸ਼ਟਰਪਤੀ ਚੇਂਜ ਹੁੰਦਾ ਹੈ ਲੇਕਿਨ ਉੱਥੇ ਕੀ ਹੁੰਦਾ ਕਿ ਰਾਸ਼ਟਰਪਤੀ ਇੱਕ 4 ਸਾਲ ਤੱਕ ਲਗਾਤਾਰ ਉਹੀ ਰਾਸ਼ਟਰਪਤੀ ਜਿਹੜਾ ਹੈ ਕੰਮ ਕਰਦਾ ਹੈ ਦੋ ਦੇਲੀ ਪ੍ਰਣਾਲੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਜਿਹੜੀ ਸਰਕਾਰ ਹੈ ਉਹ ਸਥਿਰ ਰਹਿੰਦੀ ਹੈ ਉਹ ਜਿਹੜੀ ਸਰਕਾਰ ਆ ਉਸ ਨੂੰ ਗਿਰਨ ਦਾ ਖਤਰਾ ਨਹੀਂ ਹੁੰਦਾ ਬਹੁਤ ਸੰਮਤੀ ਸਰਕਾਰ ਬਣਾਉਂਦੀ ਹੈ ਅਤੇ ਸਰਕਾਰ ਨੂੰ ਕੋਈ ਖਤਰਾ ਨਹੀਂ ਹੁੰਦਾ ਵਿਰੋਧੀ ਪਾਰਟੀ ਸਰਕਾਰ ਨੂੰ ਆਸਾਨੀ ਨਾਲ ਨਹੀਂ ਗਿਰਾ ਸਕਦੀ ਜਿਵੇਂ ਭਾਰਤ ਦੇ ਵਿੱਚ ਹੁੰਦਾ ਹੈ ਕਿ ਆਸਾਨੀ ਨਾਲ ਅਸੀਂ ਜਿਹੜੀ ਸਰਕਾਰ ਹੈ ਉਸ ਦੇ ਵਿਰੁੱਧ ਆਪਣਾ ਸੰਸਦ ਦੇ ਵਿੱਚ ਮੁਕਦਮਾ ਚਲਾ ਕੇ ਜਾਂ ਸੰਸਦ ਦੇ ਵਿੱਚ ਅਸੀਂ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਗਿਰਾਹ ਸਕਦੇ ਹਾਂ ਜਿਹੜੇ ਦੋਦਲੀ ਪ੍ਰਣਾਲੀ ਜਿਹੜੀ ਸਰਕਾਰ ਹੈ ਉੱਥੇ ਅਸੀਂ ਇਦਾਂ ਨਹੀਂ ਕਰ ਸਕਦੇ ਇੰਗਲੈਂਡ ਵਿੱਚ ਜਿੱਥੇ ਦੋਦਲੀ ਪ੍ਰਣਾਲੀ ਹੈ 1870 ਤੋਂ ਲੈ ਕੇ 1934 ਤੱਕ 18 ਮੰਤਰੀ ਮੰਡਲ ਬਣੇ ਤੁਸੀਂ ਦੇਖੋ ਕਿ 1870 ਤੋਂ ਲੈ ਕੇ 1934 ਤੱਕ ਸਿਰਫ 18 ਮੰਤਰੀ ਮੰਡਲ ਬਣੇ ਜਦਕਿ ਇਸੇ ਸਮੇਂ ਫਰਾਂਸ ਵਿੱਚ ਜਿੱਥੇ ਬਹੁਦਲੀ ਸਰਕਾਰ ਸੀ 1870 ਤੋਂ ਲੈ ਕੇ 1934 ਤੱਕ 88 ਮੰਤਰੀ ਮੰਡਲ ਬਣੇ ਲਗਭਗ 100 ਮੰਤਰੀ ਮੰਡਲ ਬਣੇ ਸੋ ਦੋਧਲੀ ਪ੍ਰਣਾਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਟੇਬਲ ਰਹਿੰਦੀ ਹੈ ਸਥਿਰ ਰਹਿੰਦੀ ਹੈ ਉਸ ਤੋਂ ਬਾਅਦ ਹੈ ਮਜ਼ਬੂਤ ਸਰਕਾਰ ਜੇਕਰ ਸਰਕਾਰ ਸਥਿਰ ਹੋਵੇਗੀ ਜਦੋਂ ਸਰਕਾਰ ਨੂੰ ਪਤਾ ਹੈ ਕਿ ਅਸੀਂ ਇੱਕ ਨਿਸ਼ਚਿਤ ਸਮੇਂ ਤੱਕ ਕੰਮ ਕਰਨਾ ਹੈ ਤਾਂ ਉਹ ਟੈਂਸ਼ਨ ਫ੍ਰੀ ਹੋ ਕੇ ਆਪਣੀਆਂ ਪਾਲਿਸੀਆਂ ਬਣਾਏਗੀ ਆਪਣੀਆਂ ਪਾਲਿਸੀਆਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਦੇਸ਼ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰੇਗੀ ਜੇਕਰ ਸਰਕਾਰ ਸਥਿਰ ਹੋਵੇਗੀ ਤਾਂ ਸੁਭਾਵਿਕ ਹੈ ਕਿ ਉਹ ਮਜ਼ਬੂਤ ਵੀ ਹੋਵੇਗੀ ਕਿਉਂਕਿ ਉਸ ਦੇ ਟੁੱਟਣ ਦਾ ਖਤਰਾ ਨਹੀਂ ਰਹਿੰਦਾ ਸ਼ਾਸਨ ਕਰਨ ਵਾਲੀ ਪਾਰਟੀ ਬਹੁਮਤ ਅਤੇ ਨਿਡਰਤਾ ਨਾਲ ਰਾਜ ਪ੍ਰਬੰਧ ਚਲਾਉਂਦੀ ਹੈ ਉਸ ਦੀਆਂ ਆਲੋਚਨਾਵਾਂ ਰਚਨਾਤਮਕ ਹੁੰਦੀਆਂ ਹਨ ਆਲੋਚਨਾ ਰਚਨਾਤਮਕ ਕੀ ਮਤਲਬ ਹੈ ਕਿ ਜਿਹੜੀ ਵਿਰੋਧੀ ਪਾਰਟੀ ਹੈ ਉਹਨੇ ਸਰਕਾਰ ਦੀ ਕਿਸ ਨਾ ਕਿਸੇ ਗੱਲ ਤੇ ਆਲੋਚਨਾ ਕਰਨੀ ਹੁੰਦੀ ਹੈ ਪਰ ਜਿਹੜੀ ਉਹ ਆਲੋਚਨਾ ਹੁੰਦੀ ਹੈ ਉਹ ਆਪਣੇ ਆਪ ਦੇ ਵਿੱਚ ਸਕਾਰਾਤਮਕ ਹੁੰਦੀ ਹੈ ਪੋਜ਼ਿਟਿਵ ਹੁੰਦੀ ਹੈ ਜਿਹੜਾ ਉਹਦਾ ਵੇ ਹੈ ਉਹ ਨੈਗੇਟਿਵ ਨਹੀਂ ਹੁੰਦਾ ਉਸ ਨੂੰ ਪਤਾ ਹੁੰਦਾ ਹੈ ਕਿ ਜੇ ਉਸ ਦੀਆਂ ਨੀਤੀਆਂ ਲੋਕਾਂ ਨੂੰ ਪਸੰਦ ਨਾ ਆਈਆਂ ਤਾਂ ਅਗਲੀਆਂ ਚੋਣਾਂ ਵਿੱਚ ਲੋਕ ਵਿਰੋਧੀ ਧਿਰ ਨੂੰ ਸਰਕਾਰ ਬਣਾਉਣ ਦਾ ਮੌਕਾ ਪ੍ਰਦਾਨ ਕਰ ਦੇਣਗੇ ਸੋ ਬੇਟੇ ਇਹ ਗੱਲ ਬਿਲਕੁਲ ਧਿਆਨ ਰੱਖਣੀ ਹੈ ਕਿ ਜਿਹੜੀ ਦੋਧਲੀ ਪ੍ਰਣਾਲੀ ਹੁੰਦੀ ਹੈ ਉਹਦੇ ਵਿੱਚ ਮਜ਼ਬੂਤ ਸਰਕਾਰ ਹੁੰਦੀ ਹੈ ਜਿਸ ਨੂੰ ਆਪਣੇ ਗਿਰਨ ਦਾ ਖਤਰਾ ਬਹੁਤ ਘੱਟ ਹੁੰਦਾ ਹੈ ਇਸੇ ਲਈ ਉਹ ਜਿਹੜੇ ਦੇਸ਼ ਨੇ ਜਿਨ੍ਹਾਂ ਦੇਸ਼ਾਂ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਦੋਧਲੀ ਪ੍ਰਣਾਲੀ ਹੈ ਉਹ ਤੁਹਾਡੇ ਸਾਹਮਣੇ ਦੇਸ਼ ਨੇ ਕਿ ਉਹ ਕਿੰਨੇ ਯਾਦਾ ਤਰੱਕੀ ਪਸੰਦ ਨੇ ਅਤੇ ਉੱਥੇ ਜਿਹੜੀ ਸਰਕਾਰ ਹੈ ਉਹ ਲੋਕਾਂ ਦੀ ਇੱਛਾ ਅਮ ਅਕੋਰਡਿੰਗ ਹੀ ਕੰਮ ਕਰਦੀ ਹੈ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਸੰਸਦੀ ਸਰਕਾਰ ਲਈ ਲਾਭਦਾਇਕ ਸੰਸਦੀ ਸਰਕਾਰ ਜਿਵੇਂ ਕਿ ਤੁਸੀਂ ਪਲੱਸ 1 ਦੇ ਵਿੱਚ ਪੜਿਆ ਹੈ ਸੰਸਦੀ ਸਰਕਾਰ ਤੋਂ ਭਾਵ ਹੈ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਜਿੱਥੇ ਬਹੁਤ ਗੂੜਾ ਸਬੰਧ ਹੁੰਦਾ ਹੈ ਨਾ માત્ર ਕਾਰਜਪਾਲਿਕਾ ਰਾਸ਼ਟਰਪਤੀ ਹੈ ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਹੈ ਦੋਧਲੀ ਪ੍ਰਣਾਲੀ ਸੰਸਦੀ ਸਰਕਾਰ ਲਈ ਵਧੇਰੇ ਢੁਕਵੀਂ ਹੁੰਦੀ ਹੈ ਇੰਗਲੈਂਡ ਦੇ ਵਿੱਚ ਸੰਸਦੀ ਸਰਕਾਰ ਹੈ ਆਪਾਂ ਪਤਾ ਹੈ ਕਿ ਆਪਾਂ ਭਾਰਤੀ ਭਾਰਤੀਆਂ ਨੇ ਜਿਹੜੀ ਸੰਸਦੀ ਸਰਕਾਰ ਆ ਉਹ ਇੰਗਲੈਂਡ ਤੋਂ ਹੀ ਲਈ ਹੋਈ ਹੈ ਕਿਉਂਕਿ ਸੰਸਦੀ ਸਰਕਾਰ ਦਲਾਂ ਉੱਤੇ ਆਧਾਰਿਤ ਹੁੰਦੀ ਹੈ ਜਿੱਥੇ ਦੋ ਦਲ ਹੋਣਗੇ ਉੱਥੇ ਵਿਧਾਨ ਮੰਡਲ ਵਿੱਚ ਬਹੁਤ ਸੰਮਤੀ ਦੇ ਪ੍ਰਸ਼ਨ ਤੇ ਕਿਸੇ ਪ੍ਰਕਾਰ ਦੀ ਅਸਪਸ਼ਟਤਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਅਤੇ ਸਰਕਾਰ ਦਾ ਗਠਨ ਕਰਨਾ ਆਸਾਨ ਹੋ ਜਾਂਦਾ ਹੈ ਜੇ ਕਿਸੇ ਵੇਲੇ ਬਹੁਗਿਣਤੀ ਘੱਟ ਗਿਣਤੀ ਵਿੱਚ ਬਦਲ ਜਾਵੇ ਬਹੁਗਿਣਤੀ ਦਾ ਮਤਲਬ ਹੈ ਮжоਰਿਟੀ ਜੇਕਰ ਕਿਸੇ ਵੀ ਤਰੀਕੇ ਨਾਲ ਮਨਿਓਰਿਟੀ ਵਿੱਚ ਬਦਲ ਜਾਵੇ ਤਾਂ ਮੰਤਰੀ ਮੰਡਲ ਦੂਸਰੇ ਦਲ ਦਾ ਬਣ ਜਾਂਦਾ ਹੈ ਸੋ ਜਿਹੜੀ ਦੋਧਲੀ ਪ੍ਰਣਾਲੀ ਹੈ ਸੰਸਦੀ ਸਰਕਾਰ ਦੇ ਲਈ ਬਹੁਤ ਜਿਆਦਾ ਲਾਭਦਾਇਕ ਮੰਨੀ ਜਾਂਦੀ ਹੈ ਉਸ ਤੋਂ ਬਾਅਦ ਹੈ ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਦਲ ਬੇਟੇ ਕੋਈ ਵੀ ਦੇਸ਼ ਕੋਈ ਵੀ ਘਰ ਕੋਈ ਵੀ ਸੰਸਥਾ ਜਿੱਥੇ ਆਪੋਜੀਸ਼ਨ ਪਾਰਟੀ ਮજબૂત ਹੈ ਤੱਥਾਂ ਦੇ ਆਧਾਰ ਤੇ ਤਰਕ ਦੇ ਆਧਾਰ ਤੇ ਵਿਚਾਰਾਂ ਦੇ ਆਧਾਰ ਤੇ ਆਪਣੀ ਗੱਲ ਰੱਖਣ ਦੀ ਹਿੰਮਤ ਰੱਖਦੀ ਹੈ ਉਹ ਦੇਸ਼ ਕਦੀ ਵੀ ਜਿਹੜੇ ਡਾਊਨ 'ਚ ਨਹੀਂ ਜਾਂਦੇ ਡਾਊਨਫਾਲ 'ਚ ਨਹੀਂ ਜਾਂਦੇ ਹੈਗੇ ਸੋ ਜਿੱਥੇ ਦੋਧਲੀ ਪ੍ਰਣਾਲੀ ਹੈ ਉੱਥੇ ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਦਲ ਹੁੰਦਾ ਹੈ ਕਿਉਂ ਕਿ ਜਦੋਂ ਸਰਕਾਰ ਕੋਈ ਗਲਤ ਨੀਤੀ ਬਣਾਉਂਦੀ ਹੈ ਤਾਂ ਜਿੰਨਾ ਵੀ ਦੇਸ਼ ਹੈ ਜਾਂ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਵਿਰੋਧੀ ਦਲ ਵੱਲ ਦੇਖਦੇ ਨੇ ਕਿ ਹੁਣ ਇਹ ਸਾਡੇ ਨਾਲ ਕਿੱਦਾਂ ਦਾ ਬਿਹੇਵ ਕਰਨਗੇ ਸਰਕਾਰ ਨੂੰ ਕ੍ਰਿਟਿਸਾਈਜ਼ ਕਿਸ ਤਰੀਕੇ ਨਾਲ ਕਰਨਗੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਿਸ ਤਰੀਕੇ ਨਾਲ ਕਰਨਗੇ ਸੋ ਜਿਹੜਾ ਸਾਰਾ ਦੇਸ਼ ਹੁੰਦਾ ਹੈ ਉਹ ਵਿਰੋਧੀ ਧਿਰ ਵੱਲ ਦੇਖਦਾ ਹੈ ਜਿਵੇਂ ਕਿ ਆਪਾਂ ਕੋਰੋਨਾ ਮਹਾਮਾਰੀ ਵਿੱਚ ਦੇਖਿਆ ਆਪਾਂ ਅਮਰੀਕਾ ਵੱਲ ਦੇਖਿਆ ਹੈ ਠੀਕ ਹੈ ਅਤੇ ਉੱਥੇ ਸਭ ਤੋਂ ਵੱਧ ਜਿਹੜੇ ਲੋਕ ਸੀਗੇ ਉਹਨਾਂ ਦਾ ਨੁਕਸਾਨ ਹੋਇਆ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਤਾਂ ਉਹ ਸਾਰੇ ਜਿਹੜੇ ਲੋਕ ਸੀਗੇ ਉਹ ਆਪਣੇ ਵਿਰੋਧੀ ਪਾਰਟੀ ਵੱਲ ਦੇਖਦੇ ਸੀਗੇ ਕਿ ਜੇ ਰਸੀਆਂ ਨੂੰ ਵੋਟ ਪਾਈ ਹੈ ਤਾਂ ਕਿ ਇਹ ਸਾਡੇ ਦੇਸ਼ ਦੇ ਵਿੱਚ ਸੁਧਾਰ ਲਿਆਂਦੀ ਕੋਸ਼ਿਸ਼ ਕਰਨਗੇ ਸੋ ਜਿਹੜਾ ਨਤੀਜਾ ਹੈ ਉਹ ਸਾਰਾ ਆਪਣੇ ਸਾਹਮਣੇ ਹੈ ਇਸ ਪ੍ਰਣਾਲੀ ਵਿੱਚ ਵਿਰੋਧੀ ਦਲ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਦਾ ਹੈ ਸਾਰਾ ਦੇਸ਼ ਵਿਰੋਧੀ ਪਾਰਟੀ ਦੇ ਵਿਚਾਰਾਂ ਨੂੰ ਵੀ ਧਿਆਨ ਨਾਲ ਸੁਣਦਾ ਹੈ ਵਿਰੋਧੀ ਧਿਰ ਨੂੰ ਪਤਾ ਹੁੰਦਾ ਹੈ ਕਿ ਜੇਕਰ ਅਗਲੀਆਂ ਚੋਣਾਂ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਤਾਂ ਵਿਰੋਧੀ ਦਲ ਉਸ ਵੱਲ ਉਹੋ ਜਿਹਾ ਰਵੱਈਆ ਅਪਣਾਏਗੀ ਵਿਰੋਧੀ ਧਿਰ ਦੀ ਲੋਚਨਾ ਸਕਾਰਾਤਮਕ ਹੋਣੀ ਚਾਹੀਦੀ ਹੈ ਬੇਟੇ ਕਦੀ ਵੀ ਕਿਸੇ ਵੀ ਮੰਤਰੀ ਦੀ ਦੂਸਰੇ ਮੰਤਰੀ ਨਾਲ ਲੜਾਈ ਨਹੀਂ ਹੁੰਦੀ ਸਗੋਂ ਵਿਚਾਰਾਂ ਦੀ ਲੜਾਈ ਹੁੰਦੀ ਹੈ ਵਿਰੋਧੀ ਧਿਰ ਦਾ ਕੀ ਕੰਮ ਹੁੰਦਾ ਹੈ ਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਜਿਨ੍ਹਾਂ ਦਾ ਲੋਕ ਵਿਰੋਧ ਕਰਦੇ ਹਨ ਵਿਰੋਧੀ ਧਿਰ ਉਸੇ ਹੀ ਗੱਲਾਂ ਨੂੰ ਸਰਕਾਰ ਤੱਕ ਪਹੁੰਚਾਉਂਦੀ ਹੈ ਕਿ ਲੋਕ ਇਹਨਾਂ ਨੂੰ ਅਪਰਵਾਨ ਕਰ ਰਹੇ ਹਨ ਸੋ ਜਿਹੜੀ ਵਿਰੋਧੀ ਧਿਰ ਦੀ ਲੋਚਨਾ ਹੁੰਦੀ ਹੈ ਉਹ ਹਮੇਸ਼ਾ ਸਕਾਰਾਤਮਕ ਜਾਂ ਕਹੇ ਲੋ ਕਿ ਪੋਜੀਟਿਵ ਹੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਹੀ ਜਿਹੜਾ ਦੇਸ਼ ਹੈ ਤੁਹਾਡਾ ਵਿਕਾਸ ਕਰ ਸਕਦਾ ਹੈ ਉਸ ਤੋਂ ਬਾਅਦ ਹੈ ਸਰਕਾਰ ਬਣਾਣਾ ਆਸਾਨ ਦੋਧਲੀ ਪ੍ਰਣਾਲੀ ਵਿੱਚ ਸਰਕਾਰ ਦਾ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ ਦੋਹਾਂ ਦਲਾਂ ਵਿੱਚੋਂ ਇੱਕ ਦਲ ਨੂੰ ਵਿਧਾਨ ਮੰਡਲ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸੇ ਦੀ ਸਰਕਾਰ ਬਣਦੀ ਹੈ ਇਸ ਪ੍ਰਣਾਲੀ ਵਿੱਚ ਲੋਕਾਂ ਨੂੰ ਵੀ ਪਤਾ ਹੁੰਦਾ ਹੈ ਕਿ ਕਿਹੜੀ ਪਾਰਟੀ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਉਹ ਉਸਦੇ ਕੰਮਾਂ ਨੂੰ ਜਾਣਦੇ ਹਨ ਉਸਦੇ ਕੰਮ ਕਰਨ ਦੇ ਢੰਗ ਨੂੰ ਵੀ ਜਾਣਦੇ ਹਨ ਅਤੇ ਇਹੀ ਸੋਚ ਕੇ ਜਿਹੜੇ ਲੋਕ ਹੁੰਦੇ ਨੇ ਉਹ ਉਸੇ ਹੀ ਪਾਰਟੀ ਨੂੰ ਵੋਟ ਪਾਉਂਦੇ ਹਨ ਅਤੇ ਜਿਹੜੀ ਪਾਰਟੀ ਬਹੁਮਤ ਪ੍ਰਾਪਤ ਕਰਦੀ ਹੈ ਉਸੇ ਦੀ ਜਿਹੜੀ ਸਰਕਾਰ ਹੈ ਉਹ ਦੇਸ਼ ਦੇ ਵਿੱਚ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਆ ਜਾਂਦਾ ਹੈਗਾ ਦੋदलीय ਪ੍ਰਣਾਲੀ ਦੇ ਔਗਣ ਇਹ ਆਪਾਂ ਜਿਹੜੇ ਹੁਣ ਤੱਕ ਪੜ੍ਹੇ ਸੀ ਇਹ ਸਾਰੇ ਆਪਾਂ ਗੁਣ ਪੜ੍ਹੇ ਸੀ ਹੁਣ ਆਪਾਂ ਦੋदलीय ਪ੍ਰਣਾਲੀ ਦੇ ਔਗਣ ਪੜ੍ਹਾਂਗੇ ਬੇਟੇ ਤਾਂ ਯੂਨੀਵਰਸਲ TRUTH ਹੈ ਕਿ ਕੋਈ ਵੀ ਜਿਹੜੀ ਚੀਜ਼ ਹੈ ਉਸ ਦੇ ਗੁਣ ਵੀ ਹੁੰਦੇ ਹਨ ਅਤੇ ਔਗਣ ਵੀ ਹੁੰਦੇ ਹਨ ਜੇ ਸਾਡੇ ਕੋਲ ਨੈਟ ਦੀ ਫੈਸਿਲਿਟੀ ਹੈ ਅਸੀਂ ਉਸ ਨੂੰ ਯੂਜ਼ ਕਰਨਾ ਹੈ 네ਗੇਟਿਵ ਵੀ ਯੂਜ਼ ਕਰ ਸਕਦੇ ਹਾਂ ਪੋਜ਼ੀਟਿਵ ਵੀ ਯੂਜ਼ ਕਰ ਸਕਦੇ ਹਾਂ ਠੀਕ ਹੈ ਟੀਵੀ ਦੇ ਉੱਪਰ ਅਸੀਂ ਆਪਣੇ ਐਜੂਕੇਸ਼ਨਲ ਲੈਕਚਰ ਵੀ ਸੁਣ ਸਕਦੇ ਹਾਂ ਅਤੇ ਅਸੀਂ ਬਾਕੀ ਹੋਰ ਵੀ ਜੋ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ ਉਹ ਦੇਖਦੇ ਹਾਂ ਸੋ ਇਹ ਸਾਡੇ ਔਗਣ ਆ ਜਾਂਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੋ ਦਲੀ ਵਾਲੇ ਦੇਸ਼ ਇੰਗਲੈਂਡ ਅਤੇ ਅਮਰੀਕਾ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਜਨਤਾ ਲਈ ਆਪਣੀ ਮਨਪਸੰਦ ਸਰਕਾਰ ਬਣਾਣੀ ਸੌਖੀ ਹੁੰਦੀ ਹੈ ਪਰ ਜਿੱਥੇ ਅਸੀਂ ਇੰਨੇ ਗੁਣ ਪੜੇ ਹਨ ਉੱਥੇ ਦੋ ਦਲੀ ਪ੍ਰਣਾਲੀ ਦੇ ਕਈ ਔਗਣ ਵੀ ਹਨ ਜਿਨ੍ਹਾਂ ਦੀ ਚਰਚਾ ਅਸੀਂ ਹੁਣ ਕਰਾਂਗੇ ਸਭ ਤੋਂ ਪਹਿਲਾਂ ਹੈ ਕਿ ਜਿਹੜਾ ਦੇਸ਼ ਹੈ ਉਹ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕੁਝ ਲੋਕ ਵਿਰੋਧੀ ਧਿਰ ਨੂੰ ਪਸੰਦ ਕਰਦੇ ਹਨ ਕੁਝ ਲੋਕ ਰੂਲਿੰਗ ਪਾਰਟੀ ਨੂੰ ਪਸੰਦ ਕਰਦੇ ਹਨ ਜਾਂ ਕਹਿੰਦੇ ਕਿ ਜਿਹੜੀ ਪਾਰਟੀ ਸਰਕਾਰ ਚਲਾ ਰਹੀ ਹੈ ਉਸ ਨੂੰ ਪਸੰਦ ਕਰਦੇ ਹਨ ਜਿਹੜਾ ਦੇਸ਼ ਹੈ ਉਹ ਦੋ ਗੁੱਟਾਂ ਵਿੱਚ ਵੰਡਿਆ ਜਾਂਦਾ ਹੈ ਦੋ ਦਲੀ ਪ੍ਰਣਾਲੀ ਦਾ ਸਭ ਤੋਂ ਵੱਡਾ ਔਗਣ ਇਹ ਹੈ ਕਿ ਦੇਸ਼ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਈ ਵਾਰੀ ਇੱਕ ਦੂਜੇ ਦਲ ਦੀ ਵਿਰੋਧਤਾ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਦੇਸ਼ ਦੇ ਹਿੱਤਾਂ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ ਹਰ ਪਾਰਟੀ ਦੇਸ਼ ਦੇ ਹਿੱਤਾਂ ਦੀ ਪਰਵਾਹ ਕੀਤੇ ਬਗੈਰ ਆਪਣੀ ਸਰਕਾਰ ਬਣਾਉਣ ਦਾ ਯਤਨ ਕਰਦੀ ਹੈ ਆਪਸੇ ਖਿੱਚੋ ਤਾਨ ਨਾਲ ਦੇਸ਼ ਦੀ ਏਕਤਾ ਦਾ ਨੁਕਸਾਨ ਹੁੰਦਾ ਹੈ ਇੱਥੇ ਬੇਟੇ ਦੇਸ਼ ਦੀ ਏਕਤਾ ਨੂੰ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ ਇਸ ਦੇ ਨਾਲ ਜਿਹੜਾ ਦੇਸ਼ ਦਾ ਵਿਕਾਸ ਹੈ ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਉਹੋ ਗਲਤ ਹੋ ਜਾਂਦੀਆਂ ਹਨ ਇਹ ਜਿਹੜਾ ਵਿਕਾਸ ਹੈ ਉਹ ਰੁਕ ਜਾਂਦਾ ਹੈ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਵੋਟਰਾਂ ਲਈ ਸੀਮਤ ਪਸੰਦ ਹੁਣ ਜੇ ਘਰ ਦੇ ਵਿੱਚ 4 ਮੈਂਬਰ ਨੇ ਪਰਿਵਾਰ ਦੇ ਅਤੇ ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਦੋ ਦੀ ਰਾਏ ਇੱਕ ਹੋਏਗੀ ਦੋ ਦੀ ਰਾਏ ਇੱਕ ਹੋਏਗੀ ਇਹ ਵੀ ਹੋ ਸਕਦਾ ਹੈ ਕਿ ਜੇ 4 ਮੈਂਬਰ ਨੇ ਪਰਿਵਾਰ ਦੇ ਵਿੱਚ ਜੇ ਜੁਆਇੰਟ ਫੈਮਿਲੀ ਹੈ ਤਾਂ ਉੱਥੇ ਹਰ ਇੱਕ ਦੇ ਵਿਚਾਰ ਦੂਜਿਆਂ ਨਾਲੋਂ ਅਲੱਗ ਹੋਣਗੇ ਲੇਕਿਨ ਜਿੱਥੇ ਦੋਧਲੀ ਪ੍ਰਣਾਲੀ ਹੁੰਦੀ ਹੈ ਉੱਥੇ ਵੋਟਰਾਂ ਲਈ ਜਿਹੜੀ ਸਿਮਤ ਪਸੰਦ ਹੋ ਜਾਂਦੀ ਹੈ ਵੋਟਰਾਂ ਨੂੰ ਦੋ ਪਾਰਟੀਆਂ ਵਿੱਚੋਂ ਸਿਰਫ ਇੱਕ ਪਾਰਟੀ ਨੂੰ ਚੁੰਨਾ ਪਏਗਾ ਜਿਸ ਨੂੰ ਉਹ ਪਸੰਦ ਕਰਦੇ ਹਨ ਅਜਿਹੀ ਸ਼ਾਸਨ ਪ੍ਰਣਾਲੀ ਵਿੱਚ ਵੋਟਰਾਂ ਦੀ ਪਸੰਦ ਬਹੁਤ ਸੀਮਤ ਹੋ ਜਾਂਦੀ ਹੈ। ਉਹਨਾਂ ਕੋਲ ਵੋਟ ਪਾਉਣ ਦੇ ਵਿਕਲਪ ਬਹੁਤ ਘਟ ਜਾਂਦੇ ਹਨ। ਕਿੰਨੋਂ ਵੋਟ ਪਾਉਣ ਮੰਨ ਲਓ ਉਹਨਾਂ ਨੂੰ ਤੀਜੀ ਧਿਰ ਪਸੰਦ ਹੈ। ਉਹਨਾਂ ਨੂੰ ਦੋਨੇ ਪਾਰਟੀਆਂ ਵਿੱਚੋਂ ਕੋਈ ਨਹੀਂ ਪਸੰਦ। ਲੇਕਿਨ ਉਹਨਾਂ ਕੋਲ ਚੁਆਇਸ ਨਹੀਂ ਹੈ। ਉਹਨਾਂ ਕੋਲ ਆਪਸ਼ਨ ਨਹੀਂ ਹੈ। ਸੋ ਇਸ ਕਰਕੇ ਉਹ 50-50 ਚਾਂਸਸ ਲੈ ਕੇ ਜਾਂ ਕਹਿ ਲਓ ਕਿ ਆਪਣੀ ਮਨਮਰਜ਼ੀ ਦੇ ਅਨੁਸਾਰ ਵੋਟ ਦਾ ਪ੍ਰਯੋਗ ਨਾ ਕਰਦੇ ਹੋਏ ਉਹ ਦੂਜੀ ਪਾਰਟੀ ਨੂੰ ਵੋਟ ਪਾ ਦਿੰਦੇ ਹਨ। ਉਹਨਾਂ ਨੂੰ ਦੋ ਪਾਰਟੀਆਂ ਵਿੱਚੋਂ ਹੀ ਇੱਕ ਪਾਰਟੀ ਦੀ ਚੋਣ ਕਰਨੀ ਪੈਂਦੀ ਹੈ। ਜਨਤਾ ਸਾਹਮਣੇ ਕੋਈ ਵੀ ਤੀਜਾ ਬਦਲ ਜਿਹੜਾ ਹੈ ਉਹ ਨਹੀਂ ਹੁੰਦਾ ਇਹ ਜ਼ਰੂਰੀ ਨਹੀਂ ਕਿ ਲੋਕਾਂ ਦੋ ਹੀ ਵਿਚਾਰਧਾਰਾ ਜਿਹੜੇ ਲੋਕ ਨੇ ਉਹ ਦੋ ਹੀ ਵਿਚਾਰਧਾਰਾਾਂ ਦਾ ਹੋਣ ਮਨੁੱਖ ਦੇ ਸੁਭਾ ਨੂੰ ਅਸੀਂ ਦੋ ਭਾਗਾਂ ਵਿੱਚ ਨਹੀਂ ਵੰਡ ਸਕਦੇ ਸੋ ਇਹ ਹੈ ਕਿ ਵੋਟਰਾਂ ਦੇ ਲਈ ਕਾਫੀ ਜਿਹੜੀ ਪਸੰਦ ਹੈ ਉਹ ਸੀਮਤ ਹੋ ਜਾਂਦੀ ਹੈ ਜਿਹੜੇ ਚੁਆਇਸ ਆ ਉਹ ਘਟ ਜਾਂਦੀ ਹੈ ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਵਿਧਾਨਪਾਲਿਕਾ ਦੇ ਮਾਨ ਸਨਮਾਨ ਨੂੰ ਤਕਾ ਦੋਧਲੀ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ ਕਿ ਮੰਤਰੀ ਮੰਡਲ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜਾ ਮੰਤਰੀ ਮੰਡਲ ਹੈ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਰਾਜ ਪ੍ਰਬੰਧ ਚਲਾਉਂਦਾ ਹੈ ਮਰਜ਼ੀ ਦੀਆਂ ਨੀਤੀਆਂ ਅਤੇ ਕਾਨੂੰਨ ਬਣਾਉਂਦਾ ਹੈ ਅਤੇ ਵਿਧਾਨਪਾਲਿਕਾ ਦੇ ਮੈਂਬਰਾਂ ਦੀ ਪਰਵਾਹ ਨਹੀਂ ਕਰਦਾ ਵਿધાનਪਾਲਿਕਾ ਮੰਤਰੀ ਮੰਡਲ ਦੇ ਹੱਥਾਂ ਵਿੱਚ ਇੱਕ ਕਠਪੁਤਲੇ ਬਣ ਕੇ ਰਹਿ ਜਾਂਦੀ ਹੈ ਮੰਤਰੀ ਮੰਡਲ ਵਿੱਚ ਬਹੁ ਗਿਣਤੀ ਦਲ ਦੇ ਵੱਡੇ ਨੇਤਾ ਹੁੰਦੇ ਹਨ ਅਤੇ ਦਲ ਦੇ ਬਾਕੀ ਮੈਂਬਰ ਉਹਨਾਂ ਦੇ ਇਸ਼ਾਰਿਆਂ ਦੇ ਅਨੁਸਾਰ ਕੰਮ ਕਰਦੇ ਹਨ ਸੋ ਇਹ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਵਿਧਾਨਪਾਲਿਕਾ ਦੇ ਮਾਨ ਸਨਮਾਨ ਨੂੰ ਤੱਕਾ ਲੱਗਦਾ ਹੈ ਦੋ ਦੇਲੀ ਪ੍ਰਣਾਲੀ ਦੇ ਵਿੱਚ ਉਸ ਤੋਂ ਬਾਅਦ ਆ ਜਾਂਦਾ ਹੈ ਵਿਧਾਇਕਾਂ ਦੀ ਸੁਤੰਤਰਤਾ ਤੇ ਕਠੋਰ ਕੰਟਰੋਲ ਦੋਧਲੀ ਪ੍ਰਣਾਲੀ ਵਿੱਚ ਵਿਧਾਨ ਮੰਡਲ ਦੇ ਮੈਂਬਰਾਂ ਦੀ ਨਿੱਜੀ ਸੁਤੰਤਰਤਾ ਨਹੀਂ ਰਹਿੰਦੀ। ਉਹਨਾਂ ਨੂੰ ਦਲ ਦੇ ਮਜਬੂਤ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ। ਉਹਨਾਂ ਨੂੰ ਦਲ ਦੇ ਸੀਨੀਅਰ ਨੇਤਾਵਾਂ ਦੇ ਆਦੇਸ਼ਾਂ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ। ਉਹਨਾਂ ਦੇ ਨਿੱਜੀ ਵਿਚਾਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ। ਕਈ ਵਾਰੀ ਤਾਂ ਮੰਤਰੀ ਮੰਡਲ ਜਿਹੜਾ ਹੁੰਦਾ ਹੈ ਉਸ ਦੀ ਤਾਨਾਸ਼ਾਹੀ ਵੀ ਜਿਹੜੀ ਹੈ ਉਹ ਸਥਾਪਿਤ ਹੋ ਜਾਂਦੀ ਹੈ ਜਿਹੜੀ ਕਿ ਆਮ ਲੋਕਾਂ ਨੂੰ ਹজম ਨਹੀਂ ਹੁੰਦੀ। ਇਹ ਸਨ ਦੋਧਲੀ ਪ੍ਰਣਾਲੀ ਦੇ ਗੁਣ ਅਤੇ ਔਗਣ ਹੁਣ ਆਪਣੇ ਕੋਲ ਸਿੱਟਾ ਹੈ ਕਿ ਦੋਧਲੀ ਪ੍ਰਣਾਲੀ ਦੇ ਗੁਣ ਅਤੇ ਔਗਣ ਪੜਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਭਾਵੇਂ ਇਸ ਪ੍ਰਣਾਲੀ ਵਿੱਚ ਕਈ ਦੋਸ਼ ਹਨ ਪਰ ਫਿਰ ਵੀ ਇਸ ਪ੍ਰਣਾਲੀ ਦੇ ਕਈ ਲਾਭ ਹਨ ਸੰਸਦੀ ਪ੍ਰਣਾਲੀ ਵਾਲੇ ਦੇਸ਼ਾਂ ਵਿੱਚ ਦੋ-दलीय ਪ੍ਰਣਾਲੀ ਸਫਲਤਾਪੂਰਵਕ ਕੰਮ ਕਰ ਰਹੀ ਹੈ ਇਸ ਨਾਲ ਸਰਕਾਰ ਦਾ ਬਣਾਉਣਾ ਅਤੇ ਬਦਲਣਾ ਆਸਾਨ ਹੁੰਦਾ ਹੈ ਇੰਗਲੈਂਡ ਅਤੇ ਅਮਰੀਕਾ ਦੀ ਸਫਲਤਾ ਦਾ ਰਾਜ਼ ਦੋ-दलीय ਪ੍ਰਣਾਲੀ ਹੈ ਇਸ ਦੇ ਦੋਸ਼ਾਂ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਹੁਣ ਅਸੀਂ ਪੜ੍ਹਾਂਗੇ ਬਹੁ-दलीय ਪ੍ਰਣਾਲੀ ਜਿਸ ਦੇਸ਼ ਵਿੱਚ ਕਈ ਰਾਜਨੀਤਿਕ ਦਲ ਹੋਣ ਪਰ ਇੱਕ ਵੀ ਦਲ ਇੰਨਾ ਸ਼ਕਤੀਸ਼ਾਲੀ ਨਾ ਹੋਵੇ ਕਿ ਉਸ ਨੂੰ ਪੂਰਨ ਬਹੁਮਤ ਹਾਸਲ ਕਰਕੇ ਸਰਕਾਰ ਬਣਾ ਸਕਦਾ ਹੋਵੇ ਅਜਿਹੀ ਵਿਵਸਥਾ ਨੂੰ ਬਹੁਤ ਅਲੀਕ ਪ੍ਰਣਾਲੀ ਕਹਿੰਦੇ ਹਾਂ ਜਿਵੇਂ ਕਿ ਤੁਹਾਡੇ ਕੋਲ ਪਿਕਚਰ ਦੇ ਵਿੱਚ ਆਪਣਾ ਭਾਰਤ ਹੈ ਜਿੱਥੇ 7 ਨੈਸ਼ਨਲ ਪਾਰਟੀਆਂ ਨੇ ਅਤੇ ਲਗਭਗ 55 ਦੇ ਕਰੀਬ ਖੇਤਰੀ ਪਾਰਟੀਆਂ ਨੇ ਜਿਹੜੀਆਂ ਕਿ ਇਸ ਟਾਈਮ ਭਾਰਤ ਦੇ ਜਿਹੜੀ ਪੋਲਿਟਿਕਸ ਹੈ ਰਾਜਨੀਤੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ ਸੋ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਕਿ ਇਹ ਪ੍ਰਣਾਲੀ ਫਰਾਂਸ ਭਾਰਤ ਸਵਿਟਜ਼ਰਲੈਂਡ ਅਤੇ ਇਟਲੀ ਆਦਿ ਦੇਸ਼ਾਂ ਦੇ ਵਿੱਚ ਪਾਈ ਜਾਂਦੀ ਹੈ ਇਹਨਾਂ ਦੇਸ਼ਾਂ ਵਿੱਚ ਮੰਤਰੀ ਮੰਡਲ ਕਈ ਦਲਾਂ ਦਾ ਮਿਲ ਕੇ ਬਣਦਾ ਹੈ ਇਸ ਨੂੰ ਮਿਲਿਆ ਜੁਲਿਆ ਮੰਤਰੀ ਮੰਡਲ ਵੀ ਕਿਹਾ ਜਾਂਦਾ ਹੈ ਬਹੁ ਦਲੀ ਪ੍ਰਣਾਲੀ ਦੇ ਗੁਣ ਵੋਟਰਾਂ ਨੂੰ ਵੱਧ ਸੁਤੰਤਰਤਾ ਬਹੁदलीय ਪ੍ਰਣਾਲੀ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਜ਼ਿਆਦਾ ਸੁਤੰਤਰਤਾ ਮਿਲ ਜਾਂਦੀ ਹੈ ਉਹਨਾਂ ਦੇ ਸਾਹਮਣੇ ਕਈ ਰਾਜਨੀਤਿਕ ਦਲ ਹੁੰਦੇ ਹਨ ਚੁਆਇਸਿਸ ਨੇ ਆਪਸ਼ਨਲ ਨੇ ਆਪਸ਼ਨਸ ਕਾਫੀ ਜ਼ਿਆਦਾ ਨੇ ਲੋਕਾਂ ਕੋਲ ਜਿਸ ਦਲ ਦੇ ਕੰਮ ਅਤੇ ਨੀਤੀਆਂ ਲੋਕਾਂ ਨੂੰ ਵਧੀਆ ਲੱਗਦੀਆਂ ਹਨ ਲੋਕ ਉਸ ਨੂੰ ਵੋਟ ਪਾਉਂਦੇ ਹਨ ਹਰ ਵਿਚਾਰਧਾਰਾ ਵਾਲੀ ਜਿਹੜੀ ਪਾਰਟੀ ਹੈ ਉਸ ਨੂੰ ਲੋਕ ਧਿਆਨ ਨਾਲ ਸੁਣਦੇ ਹਨ ਅਤੇ ਪਰਚੋਲ ਕਰਕੇ ਆਪਣੇ ਅਕੋਰਡਿੰਗਲੀ ਉਮੀਦਵਾਰ ਚੁੰਨਦੇ ਹਨ ਉਸ ਤੋਂ ਬਾਅਦ ਹੈ ਰਾਸ਼ਟਰ ਦੋ ਗੁੱਟਾਂ ਵਿੱਚ ਨਹੀਂ ਵੰਡਦਾ ਬਹੁਦਲੀ ਪ੍ਰਣਾਲੀ ਵਿੱਚ ਰਾਸ਼ਟਰ ਦੋ ਗੁੱਟਾਂ ਵਿੱਚ ਨਹੀਂ ਵੰਡਦਾ ਜਿਵੇਂ ਕਿ ਦੋਦਲੀ ਪ੍ਰਣਾਲੀ ਵਿੱਚ ਵੰਡਿਆ ਜਾਂਦਾ ਸੀ ਵੱਖ-ਵੱਖ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਲਈ ਕਈ ਦਲ ਹੁੰਦੇ ਹਨ ਦਲਾਂ ਵਿੱਚ ਲਗਾਤਾਰ ਸੰਘਰਸ਼ ਨਹੀਂ ਚੱਲਦਾ ਅਤੇ ਨਾ ਹੀ ਉਨ੍ਹਾਂ ਵਿੱਚਕਾਰ ਕੱਟੜ ਵਿਰੋਧ ਪਾਇਆ ਜਾਂਦਾ ਹੈ ਸਰਕਾਰ ਬਣਾਉਣ ਲਈ ਕਈ ਦਲਾਂ ਨੂੰ ਆਪਸ ਵਿੱਚ ਸਮਝੌਤਾ ਕਰਨਾ ਪੈਂਦਾ ਹੈ ਸਭ ਪ੍ਰਕਾਰ ਦੇ ਵਿਚਾਰਾਂ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ ਜਿਵੇਂ ਕਿ મે ਪਹਿਲਾਂ ਵੀ ਕਿਹਾ ਸੀ ਕਿ ਦੋਧਲੀ ਪ੍ਰਣਾਲੀ ਵਿੱਚ ਲੋਕਾਂ ਨੂੰ ਸਿਰਫ ਦੋ ਤਰ੍ਹਾਂ ਦੇ ਵਿਚਾਰ ਤਰ੍ਹਾਂ ਨਾਲ ਵੋਟਾਂ ਪਾਉਂਦੀਆਂ ਹਨ ਪਰ ਬਹੁਧਲੀ ਪ੍ਰਣਾਲੀ ਵਿੱਚ ਲੋਕਾਂ ਕੋਲ ਕਾਫੀ ਯਾਦਾ ਆਪਸ਼ਨਸ ਹੁੰਦੀਆਂ ਨੇ ਬਹੁਧਲੀ ਪ੍ਰਣਾਲੀ ਵਿੱਚ ਸਾਰਿਆਂ ਦੇ ਵਿਚਾਰਾਂ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ ਵਿਧਾਨ ਮੰਡਲ ਲੋਕਮਤ ਦਾ ਪ੍ਰਤੀਕ ਜਾਪਦਾ ਹੈ ਲੋਕਾਂ ਨੂੰ ਜਿਸ ਪਾਰਟੀ ਦੇ ਵਿਚਾਰ ਵਧੀਆ ਲੱਗਦੇ ਹਨ ਉਹ ਉਸ ਨੂੰ ਵੋਟ ਪਾ ਦਿੰਦੇ ਹਨ ਉਸ ਤੋਂ ਬਾਅਦ ਹੈ ਮੰਤਰੀ ਮੰਡਲ ਦੀ ਤਾਨਾਸ਼ਾਹੀ ਸਥਾਪਿਤ ਨਹੀਂ ਹੋ ਸਕਦੀ ਇਹ ਇੱਕ ਬਹੁਤ ਹੀ ਵਧੀਆ ਪੁਆਇੰਟ ਹੈ ਕਿ ਮੰਤਰੀ ਮੰਡਲ ਦੀ ਤਾਨਾਸ਼ਾਹੀ ਕਦੋਂ ਸਥਾਪਿਤ ਹੋਵੇਗੀ ਜਦੋਂ ਉਸ ਕੋਲ ਬਹੁਤ ਜ਼ਿਆਦਾ ਪਾਵਰਸ ਹੋਣਗੀਆਂ ਪਰ ਬਹੁ-दलीय ਪ੍ਰਣਾਲੀ ਵਿੱਚ ਮੰਤਰੀ ਮੰਡਲ ਦੀ ਤਾਨਾਸ਼ਾਹੀ ਸਥਾਪਿਤ ਨਹੀਂ ਹੋ ਸਕਦੀ ਕਿਉਂਕਿ ਮੰਤਰੀ ਮੰਡਲ ਇੱਕ ਦਲ ਦਾ ਨਹੀਂ ਸਗੋ ਕਈ ਦਲਾਂ ਦਾ ਮਿਲ ਕੇ ਬਣਦਾ ਹੈ ਮੰਤਰੀ ਮੰਡਲ ਮਨਮਾਨੇ ਢੰਗ ਨਾਲ ਕੋਈ ਕੰਮ ਨਹੀਂ ਕਰ ਸਕਦਾ ਮਿਲੀ ਜੁਲੀ ਸਰਕਾਰ ਹੋਣ ਕਰਕੇ ਸਰਕਾਰ ਨੂੰ ਬਦਲਣਾ ਆਸਾਨ ਹੁੰਦਾ ਹੈ ਮੰਤਰੀ ਮੰਡਲ ਜੇਕਰ ਜਨਤਕ ਹਿੱਤਾਂ ਦਾ ਠੀਕ ਤਰ੍ਹਾਂ ਖਿਆਲ ਨਹੀਂ ਰੱਖਦਾ ਤਾਂ ਲੋਕ ਇਸ ਨੂੰ ਬਦਲ ਦਿੰਦੇ ਹਨ ਉਸ ਤੋਂ ਬਾਅਦ ਆਪਣੇ ਕੋਲ ਆਂਦਾ ਹੈ ਵਿਧਾਨਪਾਲਿਕਾ ਦੀ ਸਥਿਤੀ ਯਾਦਾ ਮਹੱਤਵਪੂਰਨ ਹੋ ਜਾਂਦੀ ਹੈ। ਦੋ ਬਹੁਦਲੀ ਪ੍ਰਣਾਲੀ ਵਿੱਚ ਵਿਧਾਨਪਾਲਿਕਾ ਕਾਰਜਪਾਲਿਕਾ ਦੇ ਹੱਥਾਂ ਵਿੱਚ ਕੱਠ ਪੁਤਲੀ ਨਹੀਂ ਬਣਦੀ ਜਿਵੇਂ ਕਿ ਦੋਦਲੀ ਪ੍ਰਣਾਲੀ ਵਿੱਚ ਬਣਦੀ ਸੀ। ਸਗੋਂ ਕਾਰਜਪਾਲਿਕਾ ਨੂੰ ਹਰ ਵੇਲੇ ਵਿਧਾਨਪਾਲਿਕਾ ਤੇ ਨਿਰਪਰ ਰਹਿਣਾ ਪੈਂਦਾ ਹੈ। ਕਿਸੇ ਵੀ ਦਲ ਨੂੰ ਵਿਧਾਨਪਾਲਿਕਾ ਵਿੱਚ ਸਪਸ਼ਟ ਬਹੁਮਤ ਨਹੀਂ ਮਿਲਦਾ ਇਸੇ ਕਰਕੇ ਸਰਕਾਰ ਆਪਣੀ ਮਨਮਾਨੀ ਨਹੀਂ ਕਰ ਸਕਦੀ ਅਤੇ ਨਾ ਹੀ ਉਹ ਤਾਨਾਸ਼ਾਹੀ ਬਣ ਸਕਦੀ ਹੈ। ਵਿਧਾਨਪਾਲਿਕਾ ਵਿੱਚ ਸਰਕਾਰ ਦਾ ਕੋਈ ਵੀ ਪ੍ਰਸਤਾਵ ਉਸ ਵੇਲੇ ਤੱਕ ਪਾਸ ਨਹੀਂ ਹੋ ਸਕਦਾ ਜਦੋਂ ਤੱਕ ਇੱਕ ਤੋਂ ਵੱਧਰੇ ਦਲ ਉਸ ਦੇ ਹੱਕ ਵਿੱਚ ਨਾ ਹੋਣ ਇਸ ਤਰ੍ਹਾਂ ਵਿਧਾਨਪਾਲਿਕਾ ਦੇ ਸਨਮਾਨ ਵਿੱਚ ਵਾਧਾ ਹੁੰਦਾ ਹੈ ਹੁਣ ਆਪਾਂ ਕਰਾਂਗੇ ਬਹੁਦਲੀ ਪ੍ਰਣਾਲੀ ਦੇ ਦੋਸ਼ ਜਿੱਥੇ ਬਹੁਦਲੀ ਪ੍ਰਣਾਲੀ ਦੇ ਇੰਨੇ ਗੁਣ ਨੇ ਉੱਥੇ ਨਾਲ ਹੀ ਕੁਝ ਦੋਸ਼ ਹਨ ਸਭ ਤੋਂ ਪਹਿਲਾ ਹੈ ਕਿ ਸਰਕਾਰ ਬਣਾਉਣਾ ਕਠਿਨ ਹੈ ਜਿਸ ਦੇਸ਼ ਦੇ ਵਿੱਚ ਬੇਟੇ ਇੰਨੀਆਂ ਯਾਦਾ ਪਾਰਟੀਆਂ ਹੋਣਗੀਆਂ ਖੇਤਰੀ ਦਲ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ ਨੈਸ਼ਨਲ ਪਾਰਟੀਆਂ ਵੀ ਆਪਣੀਆਂ ਭੂਮਿਕਾ ਨਿਭਾ ਰਹੀਆਂ ਹਨ ਉੱਥੇ ਸਰਕਾਰ ਦਾ ਬਣਾਉਣਾ ਬਹੁਤ ਕਠਿਨ ਹੋ ਜਾਂਦਾ ਹੈ ਕਿਉਂਕਿ ਉੱਥੇ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਪ੍ਰਾਪਤ ਹੁੰਦਾ ਇਸੇ ਲਈ ਇਸ ਪ੍ਰਣਾਲੀ ਵਿੱਚ ਸਰਕਾਰ ਬਣਾਉਣਾ ਬਹੁਤ ਕਠਿਨ ਹੁੰਦਾ ਹੈ ਕਿਉਂਕਿ ਸਰਕਾਰ ਕਿਸੇ ਇੱਕ ਦਲ ਦੀ ਨਹੀਂ ਸਗੋ ਕਈ ਦਲਾਂ ਦੀ ਮਿਲ ਕੇ ਬਣਾਈ ਜਾਂਦੀ ਹੈ ਉਹਨਾਂ ਵਿੱਚ ਆਪਸੀ ਸਮਝੌਤਾ ਕਰਨਾ ਅਤੇ ਸਾਂਝੇ ਪ੍ਰੋਗਰਾਮ ਨਿਸ਼ਚਿਤ ਕਰਨ ਵਿੱਚ ਕਾਫੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਭ੍ਰਿਸ਼ਟਾਚਾਰ ਵਿੱਚ ਵਾਧਾ ਬਹੁਤ ਅਲੀ ਪ੍ਰਣਾਲੀ ਵਿੱਚ ਕਈ ਪ੍ਰਕਾਰ ਦਾ ਭ੍ਰਿਸ਼ਟਾਚਾਰ ਵਧ ਜਾਂਦਾ ਹੈ ਸਰਕਾਰ ਦੀ ਅਸਥਿਰ ਸਥਿਤੀ ਹੋਣ ਕਰਕੇ ਵਿਧਾਨਕਾਰਾਂ ਨੂੰ ਨਾਲ ਰੱਖਣ ਲਈ ਕਈ ਤਰ੍ਹਾਂ ਦੇ ਲਾਲਚ ਦੇਣੇ ਪੈਂਦੇ ਹਨ ਵੀ ਤੁਸੀਂ ਸਾਡੀ ਪਾਰਟੀ ਵਿੱਚ ਰਲ ਜੋ ਅਸੀਂ ਰਲ ਕੇ ਸਰਕਾਰ ਬਣਾਵਾਂਗੇ ਕਿਉਂਕਿ ਕਿਸੇ ਵੀ ਪਾਰਟੀ ਨੂੰ ਮжоਰਿਟੀ ਨਹੀਂ ਮਿਲਦੀ ਹੈਗੀ ਤਾਂ ਉਹ ਮਿਲੀ ਜੁਲੀ ਜਿਹੜੀ ਸਰਕਾਰ ਹੈ ਗਠਬੰਧਨ ਜਿਹੜੀ ਸਰਕਾਰ ਹੈ ਉਹ ਬਣਾਉਂਦੇ ਹਨ ਦਲ ਬਦਲੀ ਨੂੰ ਵਡਾਵਾ ਮਿਲਦਾ ਹੈ ਲੋਕ ਆਪਣੀ ਪਾਰ ਜਿਸ ਜਿਹੜੀ ਪਾਰਟੀ ਮੈਜੋਰਟੀ ਵਿੱਚ ਹੁੰਦੀ ਹੈ ਉਹਦੀ ਸਰਕਾਰ ਬਣਾ ਲੈਂਦੇ ਹਨ ਅਤੇ ਵਿਧਾਨਕਾਰ ਆਪਣੇ ਲਾਲਚ ਨੂੰ ਮੁੱਖ ਰੱਖ ਕੇ ਵੱਖਰੇ ਦਲ ਬਣਾ ਲੈਂਦੇ ਹਨ ਸਰਕਾਰ ਦਾ ਕਾਰਜਕਾਲ ਅਨਿਸ਼ਚਿਤ ਹੋਣ ਕਰਕੇ ਮੰਤਰੀ ਗਲਤ ਟੰਗਾ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ ਉਸ ਤੋਂ ਬਾਅਦ ਹੈ ਸੰਸਦੀ ਸਰਕਾਰ ਲਈ ਔਟੁਕਮੀ ਬਹੁ ਦਲੀ ਪ੍ਰਣਾਲੀ ਸੰਸਦੀ ਸਰਕਾਰ ਲਈ ਟੁਕਮੀ ਨਹੀਂ ਹੈ ਅਤੇ ਸਰਕਾਰ ਬਣਾਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਕਿਉਂਕਿ ਕਈ ਵਾਰ ਕਿਸੇ ਵੀ ਦਲ ਨੂੰ ਸਰਕਾਰ ਬਣਾਉਣ ਲਈ ਉਚਿਤ ਬਹੁਮਤ ਪ੍ਰਾਪਤ ਨਹੀਂ ਹੁੰਦਾ ਸੰਸਦੀ ਪ੍ਰਣਾਲੀ ਦੀ ਸਫਲਤਾ ਦੋ-दलीय ਪ੍ਰਣਾਲੀ ਤੇ ਨਿਰਭਰ ਕਰਦੀ ਹੈ ਭਾਵੇਂ ਕਿ ਭਾਰਤ ਵਿੱਚ ਸੰਸਦੀ ਸਰਕਾਰ ਪਾਈ ਜਾਂਦੀ ਹੈ ਪਰ ਫਿਰ ਵੀ ਕਿਉਂਕਿ ਭਾਰਤ ਦੇ ਵਿੱਚ ਮਲਟੀਪਾਰਟੀ ਸਿਸਟਮ ਹੈ ਬਹੁ-दलीय ਪ੍ਰਣਾਲੀ ਹੈ ਇਹ ਜਿਹੜੀ ਪ੍ਰਣਾਲੀ ਹੈ ਆਪਣਾ ਬਹੁ-दलीय ਪ੍ਰਣਾਲੀ ਹੈ ਸੰਸਦੀ ਸਰਕਾਰ ਤੇ ਲਈ ਟੁਕਮੀ ਨਹੀਂ ਹੁੰਦੀ ਹੈਗੇ ਸੋ ਇਹ ਇੱਕ ਬੜਾ ਹੀ ਵੱਡਾ ਔਗਣ ਹੈ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਜ਼ਿੰਮੇਵਾਰ ਅਤੇ ਮਜ਼ਬੂਤ ਵਿਰੋਧੀ ਦਲ ਦੀ ਕਮੀ ਬਹੁਤ ਅਲੀ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ ਕਿ ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਦਲ ਦੀ ਕਮੀ ਪਾਈ ਜਾਂਦੀ ਹੈ ਗਲਤ ਕੰਮਾਂ ਲਈ ਹਰ ਕੋਈ ਦੂਜਿਆਂ ਨੂੰ ਦੋਸ਼ੀ ਸਮਝਦਾ ਹੈ ਸਰਕਾਰ ਨੂੰ ਜ਼ਿੰਮੇਵਾਰ ਬਣਾਉਣ ਲਈ ਮਜ਼ਬੂਤ ਵਿਰੋਧੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਦੋ ਦਲੀ ਪ੍ਰਣਾਲੀ ਦੇ ਵਿੱਚ ਸੀ ਠੀਕ ਹੈ ਕਿਉਂਕਿ ਵਿਰੋਧੀ ਦਲ ਨੇ ਇੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਣੀ ਹੁੰਦੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਜਿਸ ਦੇਸ਼ ਦੇ ਵਿੱਚ ਵਿਰੋਧੀ ਧਿਰ ਤਰਕਮਈ ਟੰਗਾ ਨਾਲ ਗੱਲ ਕਰਦੀ ਹੈ ਲੋਕ ਉਹਦੇ ਵਿਚਾਰ ਸੁਣਦੇ ਹਨ ਅਤੇ ਉਹ ਬਹੁਤ ਜਲਦੀ ਆਪਣੀ ਸਰਕਾਰ ਬਣਾ ਲੈਂਦੇ ਹੈ ਵਿਰੋਧੀ ਦਲ ਬਹੁ ਦਲੀ ਪ੍ਰਣਾਲੀ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਨਹੀਂ ਕਰਦੇ ਉਹਨਾਂ ਦੀ ਸਥਿਤੀ ਬੇਹੱਦ ਕਮਜ਼ੋਰ ਹੁੰਦੀ ਹੈ ਉਹਨਾਂ ਦਾ ਇੱਕੋ ਇੱਕ ਮੰਤਵ ਸਰਕਾਰ ਨੂੰ ਗਿਰਾਣਾ ਹੁੰਦਾ ਹੈ ਜਿਦੀ ਮਰਜ਼ੀ ਸਰਕਾਰ ਬਣੇ ਜਿਦੀ ਮਰਜ਼ੀ ਸਰਕਾਰ ਨਾ ਬਣੇ ਵਿਰੋਧੀ ਪਾਰਟੀ ਸਿਰਫ ਇਹ ਕਹਿੰਦੀ ਹੈ ਕਿ ਸਰਕਾਰ ਜਿਹੜੀ ਹੈ ਉਹ ਅਸਥਿਰ ਬਣੀ ਰਹੇ ਮਜ਼ਬੂਤ ਨਾ ਹੋਵੇ ਸੋ ਇਸ ਕਰਕੇ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਪ੍ਰਧਾਨ ਮੰਤਰੀ ਦੀ ਕਮਜ਼ੋਰ ਸਥਿਤੀ ਬਹੁ ਦਲੀ ਪ੍ਰਣਾਲੀ ਵਿੱਚ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਮਿਲ ਜੁਲ ਕੇ ਸਰਕਾਰ ਬਣਾਉਂਦੀਆਂ ਹਨ ਜਿਵੇਂ ਆਪਣੇ ਭਾਰਤ ਦੇ ਵਿੱਚ ਯੂਪੀਏ ਅਤੇ ਐਨਡੀਏ ਜਿਹੜੀਆਂ ਦੋ ਗੱਠਬੰਧਨ ਨੇ ਆਪਣੇ ਯੂਪੀਏ ਜਿਹੜਾ ਹੈ ਕਾਂਗਰਸ ਦਾ ਗੱਠਬੰਧਨ ਹੈ ਐਨਡੀਏ ਹੈ ਜੋ ਭੀਜੇਪੀ ਦਾ ਗੱਠਬੰਧਨ ਹੈ ਜਦੋਂ ਇਹਨਾਂ ਦੀਆਂ ਸਰਕਾਰਾਂ ਬਣਦੀਆਂ ਹਨ ਤਾਂ ਪ੍ਰਧਾਨ ਮੰਤਰੀ ਦੀ ਜਿਹੜੀ ਕਮਜ਼ੋਰ ਸਥਿਤੀ ਪੈਦਾ ਹੋ ਜਾਂਦੀ ਹੈ ਜਿਨ੍ਹਾਂ ਦੇਸ਼ਾਂ ਵਿੱਚ ਸੰਸਦੀ ਪ੍ਰਣਾਲੀ ਪਾਈ ਜਾਂਦੀ ਹੈ ਉੱਥੇ ਬਹੁ ਦਲੀ ਪ੍ਰਣਾਲੀ ਕਰਕੇ ਕਿਸੇ ਵੀ ਰਾਜਨੀਤਿਕ ਦਲ ਦਾ ਸ਼ੁੱਧ ਮੰਤਰੀ ਮੰਡਲ ਨਹੀਂ ਬਣਦਾ ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨੂੰ ਵੱਖ-ਵੱਖ ਰਾਜਨੀਤਿਕ ਦਲਾਂ ਤੇ ਨਿਰਪਰ ਰਹਿਣਾ ਪੈਂਦਾ ਹੈ ਜਿਸ ਕਾਰਨ ਉਸ ਦੀ ਜਿਹੜੀ ਸਥਿਤੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਠੀਕ ਹੈ ਬੱਚੇ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਸਿੱਟਾ ਸਿੱਟਾ ਪੜਨ ਤੋਂ ਪਹਿਲਾਂ ਅਸੀਂ ਜੋ ਕੀਤਾ ਹੈ ਉਸ ਦੇ ਨਾਲ ਅਸੀਂ ਕੀ ਕਰਦੇ ਹਾਂ ਕਿ ਇੱਕ ਦਲੀ ਬਹੁਦਲੀ ਪ੍ਰਣਾਲੀ ਦੇ ਗੁਣ ਅਤੇ ਔਗਣ ਇਸ ਤੋਂ ਪਹਿਲਾਂ ਆਪਾਂ ਪੜਿਆ ਸੀ ਦੋ ਦਲੀ ਪ੍ਰਣਾਲੀ ਦੇ ਗੁਣ ਅਤੇ ਔਗਣ ਕਿਸਮਾ ਕਿ ਦਲ ਪ੍ਰਣਾਲੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਦਲ ਪ੍ਰਣਾਲੀਆਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ਇੱਕ ਦਲੀ ਪ੍ਰਣਾਲੀ ਦੋ ਦਲੀ ਪ੍ਰਣਾਲੀ ਬਹੁ ਦਲੀ ਪ੍ਰਣਾਲੀ ਉਸ ਤੋਂ ਬਾਅਦ ਬੇਟੇ ਆਪਾਂ ਪੜਿਆ ਹੈ ਦੋ ਦਲੀ ਪ੍ਰਣਾਲੀ ਕਿਹੜੇ ਦੇਸ਼ਾਂ ਵਿੱਚ ਹੈ ਅਮਰੀਕਾ ਅਤੇ ਇੰਗਲੈਂਡ ਦੇ ਵਿੱਚ ਹੈ ਉਸ ਦੇ ਕਿਹੜੇ ਆਪਣਾ ਗੁਣ ਅਤੇ ਔਗਣ ਹਨ ਉਸ ਤੋਂ ਬਾਅਦ ਆਪਾਂ ਪੜਿਆ ਹੈ ਮਲਟੀਪਾਰਟੀ ਸਿਸਟਮ ਜਿਹੜਾ ਕਿ ਭਾਰਤ ਵਿੱਚ ਪਾਇਆ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀਆਂ ਅੱਜ ਵੀ ਸਰੇ ਜਦੋਂ ਨਿਊਜ਼ਪੇਪਰ ਦੇ ਵਿੱਚ ਆਪਾਂ ਪੜਿਆ ਹੈ ਤਾਂ ਬਿਹਾਰ ਦੇ ਵਿੱਚ ਜਿਹੜਾ ਮਹਾਗਠਬੰਧਨ ਹੈ ਉਸ ਦੀ ਸਰਕਾਰ ਬਣੀ ਹੈ ਤਾਂ ਭਾਰਤ ਦੇ ਵਿੱਚ ਬਹੁਤ ਅਲੀ ਜਿਹੜੀ ਪ੍ਰਣਾਲੀ ਹੈ ਉਹ ਪਾਈ ਜਾਂਦੀ ਹੈ ਅਤੇ ਜਿਹੜਾ ਸਾਡਾ ਭਾਰਤ ਹੈ ਉਹ ਦੁਨੀਆ ਦਾ ਦੂਸਰਾ ਪਹਿਲਾ ਲੋਕਤੰਤਰੀ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਆਬਾਦੀ ਪੱਖੋਂ ਇਹ ਦੂਸਰੇ ਨੰਬਰ ਤੇ ਆਂਦਾ ਹੈ ਸੋ ਮਲਟੀਪਾਰਟੀ ਸਿਸਟਮ ਦੇ ਵਿੱਚ ਅਸੀਂ ਇਹ ਚਾਹਾਂਗੇ ਕਿ ਚਾਹੇ ਸਾਡੇ ਦੇਸ਼ ਦੇ ਵਿੱਚ ਮਲਟੀਪਾਰਟੀ ਸਿਸਟਮ ਪਾਇਆ ਜਾਂਦਾ ਹੈ ਚਾਹੇ ਸਾਡੇ ਦੇਸ਼ ਦੇ ਵਿੱਚ ਅਸੀਂ ਇਸ ਨੂੰ ਚਾਹੇ ਜਿੰਨਾ ਮਰਜ਼ੀ ਕਹੀਏ ਕਿ ਇਸ ਦੇ ਕਿੰਨੇ ਔਗਣ ਹਨ ਪਰ ਫਿਰ ਵੀ ਲੋਕਾਂ ਦੀ ਚੁਆਇਸ ਦੇ ਅਕੋਰਡਿੰਗ ਜਾਂ ਕਹਿ ਲਓ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਸਥਿਤੀ ਹੈ ਉਹ ਬਿਲਕੁਲ ਵੀ ਕਮਜ਼ੋਰ ਨਹੀਂ ਮੰਨੀ ਜਾ ਸਕਦੀ ਜੇਕਰ ਉਹਨਾਂ ਦੇ ਵਿੱਚ ਇੱਕ ਆਪਸੀ ਸਥਿਰਤਾ ਅਤੇ ਮਜ਼ਬੂਤ ਵਿਰੋਧੀ ਦਲ ਜੇ ਪਾਇਆ ਜਾਂਦਾ ਹੈ ਸੋ ਸਿੱਟਾ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਬਹੁਦਲੀ ਪ੍ਰਣਾਲੀ ਵਿੱਚ ਗੁਣ ਘਟ ਅਤੇ ਔਗਣ ਯਾਦਾ ਹਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਦਲੀ ਪ੍ਰਣਾਲੀ ਵਿੱਚ ਗੁਣ ਘਟ ਹਨ ਅਤੇ ਔਗਣ ਯਾਦਾ ਹਨ ਸੰਸਦੀ ਸਰਕਾਰ ਦੇ ਲਈ ਇਹ ਪ੍ਰਣਾਲੀ ਬਿਲਕੁਲ ਵੀ ਠੀਕ ਨਹੀਂ ਪ੍ਰਧਾਨਗੀ ਸਰਕਾਰ ਵਿੱਚ ਬਹੁਦਲੀ ਪ੍ਰਣਾਲੀ ਕਈ ਪ੍ਰਕਾਰ ਦੀਆਂ ਔਕੜਾਂ ਪੈਦਾ ਕਰ ਸਕਦੀ ਹੈ ਸੋ ਇਹ ਸੀ ਅੱਜ ਦਾ ਆਪਣਾ ਟੌਪਿਕ ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਨੀ ਹਾਂ ਅ ਧੰਨਵਾਦ ਸਤਿ ਸ੍ਰੀ ਅਕਾਲ